ਜੀ ਸੱਦ ਕੇ ਜਿੰਨੀ ਕੋਸ਼ਿਸ਼ ਕਰਦੇ ਜ਼ੋਰ ਲਾ ਲੈ ਉਹ ਸ਼ਾਇਦ ਸਮਝਦੇ ਕਿ ਉਹਨਾਂ ਦੇ ਗੋਲ ਗੱਪੇ ਸਾਰੀ ਜਗ੍ਹਾ ਚੱਲ ਜਾਣਗੇ ਗਪੌੜੀ ਬੇਬੁਨਿਆਦ ਬੇਤੁਕਾ ਝੂਠ ਭੰਡੀ ਪ੍ਰਚਾਰ ਲੋਕ ਇਹਨਾਂ ਚੀਜ਼ਾਂ ਤੋਂ ਅੱਕ ਚੁੱਕੇ ਨੇ ਢਾਈ ਸਾਲਾਂ 'ਚੋਂ ਸੁਣ ਸੁਣ ਕੇ ਲੋਕਾਂ ਦੇ ਕੰਨ ਪੱਕ ਗਏ ਲੋਕ ਹੁਣ ਪਰਫੋਰਮੈਂਸ ਚਾਹੁੰਦੇ ਨੇ ਖੋਖਲੀ ਗੱਲਾਂ ਨਹੀਂ ਸੋ ਆ ਕੇ ਰਹਿਣ ਮੂੰਹ ਤੋੜ ਜਵਾਬ ਲੋਕ 19 ਤਰੀਕ ਨੂੰ ਦੇਣਗੇ ਜਿਹੜਾ ਇਹਨਾਂ ਨੂੰ ਵੀ ਪਤਾ ਲੱਗ ਜੂਗਾ 23 ਤਰੀਕ ਨੂੰ ਪ੍ਰਿਯੰਕਾ ਗਾਂਧੀ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਹੈ ਬਾਦਲ ਸਰਕਾਰ ਤੇ ਕਿ ਬੇਅਦਬੀ ਇਹਨਾਂ ਨੇ ਕਰਵਾਈ ਆ ਇੱਥੋਂ ਤੱਕ ਨਵਜੋਤ ਸਿੰਘ ਸਿੱਧੂ ਨੇ ਵੀ ਆਖਿਆ ਕਿ ਨੇ ਜਿਹੜਾ ਬੇਅਦਬੀ ਦਾ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਆ ਉਹਨਾਂ ਨੂੰ ਸਜ਼ਾ ਦਵਾ ਕੇ ਰਹਾਂਗੇ ਫਿਰ 2.5 ਸਾਲ ਕਿਹਨੇ ਰੋਕ ਕੇ ਰੱਖਿਆ ਉਹਨਾਂ ਨੂੰ ਨਿਚੋੜ ਨਿਚੋੜ ਕੇ ਬੇਅਦਬੀ ਦੇ ਨਾਂ 'ਚ ਦੁਕਾਨ ਖੋਲੀ ਹੋਈ ਹੈ ਸਿਆਸਤਕਰਨ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਸਿੱਖ ਹੋਣ ਦੇ ਨਾਤੇ ਪਹਿਲੀ ਗੱਲ ਤਾਂ ਸੀਸ ਝੁਕਾਉਂਦੇ ਨੇ ਉਸ ਕਾਂਗਰਸ ਪਾਰਟੀ ਦੇ ਗਾਂਧੀ ਪਰਿਵਾਰ ਦੇ ਸਾਹਮਣੇ ਜਿਨ੍ਹਾਂ ਨੇ ਇਤਿਹਾਸ 'ਤੇ ਸਭ ਤੋਂ ਵੱਡੀ ਬੇਅਦਬੀ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖ਼ਤ ਸਾਹਿਬ 'ਚ ਕਰਾਈ ਸ਼ਰਮ ਆਉਣੀ ਚਾਹੀਦੀ ਹੈ ਪ੍ਰਿਯੰਕਾ ਗਾਂਧੀ ਨੂੰ ਜਿਹਦਾ ਪੰਜਾਬ ਦੇ ਨਾਲ ਨੇੜੇ ਤੇੜੇ ਦਾ ਨਾਤਾ ਨਹੀਂ ਹੈ ਆਪਣੇ ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿਲਵਾਉਂਦੀ ਹੈ ਹਕੀਕਤ 'ਚ ਇਹ ਉਹ ਧੀ ਹੈ ਜਿਸ ਧੀ ਦੇ ਪਿਓ ਨੇ ਹਜ਼ਾਰਾਂ ਸਾਡੇ ਭਰਾਵਾਂ ਦੇ ਕਤਲੇਆਮ ਕਰਾਏ ਅਤੇ ਜਿਸ ਧੀ ਦੇ ਦਾਦੀ ਨੇ ਸਾਡੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਅਕਾਲ ਤਖ਼ਤ ਸਾਹਿਬ 'ਚ ਹਮਲੇ ਕਰਾ ਕੇ ਹਜ਼ਾਰਾਂ ਬੀੜਾਂ ਦੀ ਬੇਅਦਬੀ ਕੀਤੀ ਅਤੇ ਇਸ ਚੀਜ਼ ਨੂੰ ਲੁਕਾਉਣ ਵਾਸਤੇ ਝੂਠੀ ਨੂੰਹ ਬਣੀ ਫਿਰਦੀ ਹੈ ਸ਼ਰਮ ਆਉਣੀ ਚਾਹੀਦੀ ਕਿ ਕਿਸ ਹੱਦ ਤਾਈਂ ਇਹ ਗਿਰ ਸਕਦੇ ਨੇ ਅਤੇ ਅੱਜ ਰਾਹੁਲ ਗਾਂਧੀ ਜਿਨ੍ਹਾਂ ਦਾ ਪਰਿਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਖੀ ਹੈ ਧਾਰਮਿਕ ਸਥਾਨਾਂ ਦੀ ਸਭ ਤੋਂ ਵੱਡੀ ਬੇਅਦਬੀ ਇਤਿਹਾਸ 'ਚ ਕੀਤੀ ਹੈ ਅੱਜ ਇਹ ਬੰਦਾ ਬਹਿਬਲ ਖਲਾਂ 'ਚ ਆ ਜਾ ਰਿਹਾ ਪਹਿਲੇ ਤਾਂ ਜਾ ਕੇ ਨੱਕ ਰਗੜਨਾ ਚਾਹੀਦਾ ਹੈਗਾ ਇਹਨੂੰ ਅਕਾਲ ਤਖ਼ਤ ਸਾਹਿਬ 'ਚ ਇਹਨੂੰ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹਜ਼ਾਰਾਂ ਜਿਹੜੀ ਇਹਦੇ ਗਵਾਂਢ 'ਚ ਰਹਿੰਦੀਆਂ ਨੇ ਉਹ ਵਿਧਵਾ ਜਿਨ੍ਹਾਂ ਇਹਦੇ ਪਿਓ ਨੇ ਮਾਰ ਕੇ ਉਹਨਾਂ ਨੂੰ ਵਿਧਵਾ ਕਰਤਾ ਉਹ ਤਾਂ ਕਰਦੇ ਸਿਆਸੀ ਕਰਨ ਗੁਰੂ ਸਾਹਿਬ ਦੇ ਨਾਂ 'ਚ ਕਰਨ ਵਾਲੇ ਪਰਮਾਤਮਾ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦਾ ਕੱਖ ਨਾ ਰਹੇ ਅਤੇ ਉਹਨਾਂ ਦੇ ਉੱਤੇ ਸਿਆਸੀ ਕਰਨ ਵਾਲੇ ਲੋਕਾਂ ਦਾ ਕੱਖ ਨਾ ਲਏ ਨਾ ਸਾਰਿਆਂ ਦੀ ਨਸਲ ਗੁਰੂ ਸਾਹਿਬ ਖਤਮ ਕਰਨ ਤਾਂ ਕਿ ਇਸ ਚੀਜ਼ ਤੋਂ ਗੁਰੂ ਸਾਹਿਬ ਦੇ ਉੱਤੇ ਸਿਆਸਤ ਖੇਡਣ ਵਾਲੇ ਲੋਕਾਂ ਨੂੰ ਇੱਕ ਇਹੋ ਜਿਹਾ ਸਬਕ ਮਿਲੇ ਕਿ ਗਾਂ ਤੋਂ ਉਹਦੇ ਬਾਰੇ ਗੱਲ ਵੀ ਨਾ ਕਰ ਸਕਣ ਮੈਂ ਕਾਂਗਰਸ ਪਾਰਟੀ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਗੁਰੂ ਸਾਹਿਬ ਦੇ ਬੇਅਦਬੀ ਦੇ ਦੁਖੀਆਂ ਨੂੰ ਲੱਭਣ ਦਾ ਕੰਮ ਕਰੋ ਨਾ ਕਿ ਉਹਦੇ ਉੱਤੇ ਆਪਦੀ ਸਿਆਸੀ ਰੋਟੀਆਂ ਪਕਾਉਣ ਦਾ ਮੈਮ ਨਵਜੋਤ ਕੌਰ ਸਿੱਧੂ ਨੇ ਵੀ ਭੜਾਸ ਕੱਢੀ ਹੈ ਟਿਕਟ ਕੱਟਣ ਨੂੰ ਲੈ ਕੇ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਨੇ ਹਮਲਾ ਕੀਤਾ ਠੀਕ ਹੋ ਗਿਆ ਇਹ ਸਾਰੀ ਇਹਨਾਂ ਦੀ ਲੜਾਈ ਝਗੜੇ ਚੱਲ ਰਹੇ ਨੇ ਇੱਥੇ ਵੀ ਸਾਡੇ ਹਲਕੇ 'ਚ ਵੀ ਦੇਖ ਲਓ ਅੱਧੇ ਕਾਂਗਰਸੀ ਇੱਥੇ ਰਲੇ ਹੋਏ ਨੇ ਕਿਤੇ ਕਿਤੇ ਹੋਰ ਰਲੇ ਹੋਏ ਨੇ ਸਾਰਿਆਂ ਦੀ ਤਾਰਾਂ ਕਿੱਥੇ ਦੇ ਕਿੱਥੇ ਜੁੜੀਆਂ ਹੋਈਆਂ ਨੇ ਸੋ ਬੀਬੀ ਜੀ ਜਿਹੜਾ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਨੇ ਸਿੱਧੂ ਸਾਹਿਬ ਕੈਪਟਨ ਦੇ ਮਗਰ ਪਏ ਨੇ ਕੈਪਟਨ ਸਿੱਧੂ ਸਾਹਿਬ ਦੇ ਮਗਰ ਪਏ ਨੇ ਇੱਕ ਪਾਸੇ ਬਾਜਵਾ ਪਿਆ ਇੱਕ ਪਾਸੇ ਜਾਖੜ ਪਿਆ ਹੈਗਾ ਸਿੱਧੂ ਸਾਹਿਬ ਖੁਦ ਪਾਕਿਸਤਾਨ ਦੇ ਨਾਲ ਯਾਰੀ ਨਿਭਾਉਣ 'ਚ ਲੱਗੇ ਹੋਏ ਨੇ ਸੋ ਕੀ ਕਰੀਏ ਖਿਚੜੀ ਪੱਕੀ ਹੋਈ ਹੈ ਸਾਰੀ ਦੇਖੋ ਲੰਮੀ ਹਲਕਾ ਸਾਡਾ ਪਰਿਵਾਰ ਹੈਗਾ ਪਰਿਵਾਰਕ ਹਲਕਾ ਮੇਰਾ ਪੂਰਾ ਬਠਿੰਡਾ ਪਾਰਲੀਮੈਂਟਰੀ ਹੈਗਾ ਲੇਕਿਨ ਲੰਮੀ ਹਲਕੇ ਨੇ ਸਾਡੇ ਪਰਿਵਾਰ ਨੂੰ ਜਿੰਨਾ ਦਿੱਤਾ ਹੈ ਅੱਜ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ ਨੇ ਇਸ ਇਲਾਕੇ ਦੇ ਲੋਕਾਂ ਕਰਕੇ ਬਣੇ ਨੇ ਅੱਜ ਮੈਂ ਵੀ ਮੰਤਰੀ ਬਣੀ ਹਾਂ ਸਭ ਤੋਂ ਵੱਡਾ ਯੋਗਦਾਨ ਲੰਮੀ ਹਲਕੇ ਇਸ ਇਲਾਕੇ ਦਾ ਇੱਕ ਇੱਕ ਬਜ਼ੁਰਗ ਉਹ ਮੇਰੇ ਆਪਣੇ ਪਿਓ ਬਰਾਬਰ ਨੇ ਇੱਕ ਇੱਕ ਮੇਰੀ ਭੈਣ ਮੇਰੀ ਆਪਣੀ ਭੈਣ ਤਾਂ ਮੇਰੀ ਮਾਤਾ ਬਰਾਬਰ ਇਹ ਚੋਣ ਮੇਰੀ ਨਹੀਂ ਇਹ ਲੰਮੀ ਹਲਕਿਆਂ ਦੇ ਲੋਕਾਂ ਦੀ ਹੈਗੀ ਕਿਉਂਕਿ ਆਹ ਮੇਰਾ ਪਰਿਵਾਰ ਹੈਗਾ ਇਹ ਮੇਰੀ ਚੋਣ ਲੜ ਰਿਹਾ ਹੈਗਾ ਅਤੇ ਤੁਸੀਂ ਦੇਖੋ ਲੰਮੀ ਹਲਕੇ ਦੇ ਲੋਕਾਂ ਨੇ ਸਾਰੇ ਇਲਾਕੇ 'ਚ ਜਿੱਥੇ ਰਿਸ਼ਤੇਦਾਰੀਆਂ ਹੈਗੀਆਂ ਆਪ ਆਪਣੀ ਗੱਡੀਆਂ ਲੈ ਕੇ ਭੱਜ ਭੱਜ ਕੇ ਮੇਰਾ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਇਸ ਪਰਿਵਾਰ ਦੇ ਸਾਹਮਣੇ ਮੈਂ ਆਪਣਾ ਸੀਸ ਨਮਨ ਵੀ ਕਰਦੀ ਹਾਂ ਅਤੇ ਬੇਨਤੀ ਕਰਦੀ ਹਾਂ ਕਿ ਆਹ ਝੂਠੀ ਕਾਂਗਰਸ ਸਰਕਾਰ ਸੋਚਦੀ ਹੈ ਜ਼ੋਰ ਦੇ ਜ਼ਬਰ ਦੇ ਕਰਕੇ ਤੁਹਾਡੀ ਧੀ ਨੂੰ ਤੁਹਾਡੀ ਨੂੰਹ ਨੂੰ ਇਹ ਹਰਾ ਸਕਦੇ ਨੇ ਇਹਨਾਂ ਨੂੰ ਤਾਂ ਤੁਸੀਂ ਸਬਕ ਸਿਖਾ ਕੇ ਮੂੰਹ ਤੋੜ ਜਵਾਬ ਦੇਣਾ ਹੈ ਕਿ ਜਦ ਪਰਿਵਾਰ ਇਕੱਠਾ ਹੋ ਜਾਂਦਾ ਹੈ ਫਿਰ ਜਿੰਨਾ ਮਰਜ਼ੀ ਹਮਲਾ ਹੈ ਬਾਹਰਲੇ ਮਾਰ ਲੈਣ ਤੁਸੀਂ ਉਹਨਾਂ ਨੂੰ ਸਬਕ ਸਿਖਾ ਕੇ ਭੇਜੋਗੇ ਜਿਵੇਂ ਰਾਜੇ ਨੂੰ ਭੇਜਿਆ ਇਹ ਨਿੱਕੇ ਰਾਜੇ ਨੂੰ ਉਸ ਤੋਂ ਵੀ ਵੱਡਾ ਸਬਕ ਸਿਖਾਉਂਗੇ ਪਤਾ ਨਹੀਂ ਇੰਨੇ ਦਿਨ ਕਿਉਂ ਲੱਗ ਗਏ ਚੋਣ ਮੁਹਿੰਮ ਸ਼ੁਰੂ ਹੋਏ ਤਾਂ 1.5 ਮਹੀਨਾ ਲੱਗ ਗਿਆ ਹੁਣ ਤਾਂ ਰਹਿ ਗਈ ਪੂੰਛ ਤੋ ਹੁਣ 10 ਰੈਲੀਆਂ 17 ਤਰੀਕ ਨੂੰ ਕਰਕੇ ਤਾਂ ਧੂਆਂ ਕੱਢਣ ਦੀ ਕੋਸ਼ਿਸ਼ ਕਰ ਲੈ ਧੂਆਂ ਤਾਂ ਜਨਤਾ ਇਸ ਕਾਂਗਰਸ ਪਾਰਟੀ ਦਾ ਕੱਢੂ